ਤਤਸੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਮੀਤ ਕਰਦੇਗੇ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੋਣੇ ਦੇ ਇਕਲਿੰਗ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਇਤਾ ਪੰਜਾਬੀ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਅਸੀਂ ਵੈਕਸੀਨ ਬਾਰੇ ਇਟਲੀ ਦੇ ਵਿੱਚ ਸਕੂਲਾਂ ਤੇ ਅਪਡੇਟ ਆਇਆ ਉਹਦੇ ਬਾਰੇ ਗੱਲ ਕਰਾਂਗੇ ਪੂਰਾ ਤੁਹਾਨੂੰ ਕੈਲੰਡਰ ਦਿਖਾਵਾਂਗੇ ਜੀ ਵੈਕਸੀਨ ਦਾ ਕੇਸ ਹਿਸਾਬ ਦੇ ਨਾਲ ਕਿੱਥੇ ਕਿੱਤੇ ਆਣੀਆਂ ਤੇ ਕੀ ਹਿਸਾਬ ਕਿਤਾਬ ਆ ਜੀ ਆਪਣੇ ਜੋਸੇਪੇ ਕੋਨਤੇ ਜੀ ਨੇ ਇੱਕ ਨਵਾਂ ਬਿਆਨ ਦਿੱਤਾ ਕੀ ਬਿਆਨ ਆ ਉਹਦੇ ਬਾਰੇ ਵੀ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਦੇ ਆ ਜੀ ਇਹਨਾਂ ਸਾਰੀਆਂ ਖਬਰਾਂ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ ਦੀ ਸਿਚੁਏਸ਼ਨ ਸਾਨੂੰ ਕੀ ਦੱਸਦੀ ਹੈ 26 ਦਸੰਬਰ ਨੂੰ 10407 ਆਏ ਸੀ ਨਵੇਂ ਕੇਸ 9099 89 ਦੇ ਆਈਸੀ ਜਿਹੜੇ ਮਰੀ ਹੋਏ ਸੀ ਠੀਕ ਹ ਤੇ 261 ਮਰੀਜ਼ਾਂ ਦੀ ਹੋਈ ਸੀ ਮੌਤ ਕੱਲ ਇਟਲੀ ਦੇ ਵਿੱਚ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਇੱਕ ਪੋਂਪੇਈ ਨਾਂ ਦੀ ਸਭਿਤਾ ਸੀ ਜਿਹੜੀ ਕਾਫੀ ਟਾਈਮ ਪਹਿਲਾਂ ਅਲੋਪ ਹੋ ਗਈ ਸੀ ਉਹਨਾਂ ਦੀਆਂ ਇੱਕ ਖੋਦਾਈ ਦੇ ਵਿੱਚ ਜਿੱਥੇ ਉਹ ਸਭਿਤਾ ਰਹਿੰਦੀ ਸੀ ਇੱਕ ਬਾਰ ਟਾਇਪ ਮਿਲਿਆ ਜੀ ਕਹਿੰਨ ਦਾ ਖਾਬਾ ਕੀ ਹੈ ਜੀ ਉਹ ਵੀ ਵੇਚਦੇ ਹੀ ਫਾਸਟ ਫੂਡ ਸਟ੍ਰੀਟ ਫੂਡ ਉੱਤੇ ਤਿਆਰ ਕੀਤਾ ਮਿਲਦਾ ਹੀ ਹੋ ਸਕਦਾ ਉਹ ਵੀ ਸ਼ੋਲੇ ਕੋਲਚੇ ਜਾਫਰ ਬਟੂਰੇ ਵੇਚਦੇ ਹੋਣ ਜੀ ਸਾਨੂੰ ਪਤਾ ਨਹੀਂ ਜੀ ਉੱਥੇ ਦਾ ਜਿਹੜਾ ਫਾਸਟ ਫੂਡ ਕੀ ਸੀ ਇਸ ਕਰਕੇ ਅਸੀਂ ਆਪਣੇ ਹਿਸਾਬ ਦੇ ਨਾਲ ਹੀ ਦੱਸਿਆ ਸ਼ਾਇਦ ਉਸ ਟਾਈਮ ਦੇ ਜਿਹੜੇ ਵੀ ਸ਼ੋਲੇ ਪਟੂਰੇ ਜਾਂ ਫਿਰ ਕੋਲਚੇ ਹੋਣਗੇ ਅਤੇ ਇੱਕ ਦੋ ਘੋੜੀ ਘਟਨਾ ਆ ਰਹੀ ਹੈ ਜੀ ਖਬਰ ਆ ਰਹੀ ਹੈ ਜੀ ਖਬਰ ਕੀ ਹੈ ਜੀ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ 25 ਦਸੰਬਰ ਵਾਲੇ ਦਿਨ ਨੂੰ ਬੱਚੇ ਨੂੰ ਜਨਮ ਦਿੱਤਾ ਤੇ ਫਿਰ ਬਾਅਦ ਵਿੱਚ ਹਸਪੀਟਲ ਦੇ ਵਿੱਚ ਹੀ ਉਹਨੂੰ ਛੱਡ ਗਏ ਜੀ ਪਰ ਖੁਸ਼ੀ ਦੀ ਗੱਲ ਕੀ ਹੈ ਜੀ ਖੁਸ਼ੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਉਸ ਬੱਚੇ ਨੂੰ ਮਾਪੇ ਕੋਸ਼ਿਸ਼ ਚੰਦ ਘੰਟਿਆਂ ਦੇ ਬਾਅਦ ਮਿਲ ਗਏ ਨੇ ਕਹਿੰਦਾ ਮਤਲਬ ਜੀ ਬੱਚੇ ਨੇ ਜਿਸ ਘਰ ਜਾਣਾ ਸੀ ਜਿਸ ਘਰ ਪਹੁੰਚਣਾ ਸੀ ਉਹ ਉੱਥੋਂ ਹੀ ਨਾਮ ਲਿਖਾ ਕੇ ਐਸੀ ਬਸ ਜ਼ਰੀਆ ਹੋਰ ਪਹੁੰਚਿਆ ਦਰਿਆ ਹੋਰ ਸਾਹਬ ਦੇ ਨਾਲ ਉਹ ਆਪਣੇ ਮਾਂ ਬਾਬ ਅਸਲੀ ਮਾਂ ਬਾਬ ਦੇ ਕੋਲ ਪਹੁੰਚ ਗਿਆ ਪਰ ਇਟਲੀ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਬਹੁਤ ਘਟਨਾਵਾਂ ਬਫਰਦੀਆਂ ਨੇ ਜੀ ਇਟਲੀ ਦੇ ਵਿੱਚ ਵੀ ਅਗਲੀ ਖਬਰ ਵੱਲ ਚਲਦੇ ਹਾਂ ਜੀ ਯੂਰਪ ਹੋਵੇ ਜਾਂ ਫਿਰ ਇੱਥੇ ਦੀ ਯੂਰਪ ਦੀ ਗੱਲ ਕਰੀਏ ਜਾਂ ਫਿਰ ਬਾਹਰ ਕਿਸੇ ਵੀ ਬਲੈਦ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਨੇ ਇਹਨਾਂ ਨੂੰ ਇਕੱਲਿਆਂ ਨੂੰ ਛੱਡ ਦਿੱਤਾ ਜਾਂਦਾ ਜਦੋਂ ਬੰਦਾ 18 20 21 22 ਸਾਲ ਦਾ ਹੋ ਜਾਂਦਾ ਤਾਂ ਆਪਣੇ ਘਰਾਂ ਨੂੰ ਆਪਣੇ ਨਵੇਂ ਘਰ ਲੈ ਲੈਂਦਾ ਹੈ ਐਦਾਂ ਦੀ ਕਿ ਮਿਲਾਨ ਦੇ ਵਿੱਚ ਖਬਰ ਸਾਹਮਣੇ ਹੈ ਜੀ 87 ਸਾਲ ਦੀ ਇੱਕ ਬਜ਼ੁਰਗ ਮਾਤਾ ਜੀ ਉਹ ਇਕੱਲੇ ਸੀ ਘਰ ਦੇ ਵਿੱਚ ਨਤਾਲੀ ਇਹਨਾਂ ਦਾ ਬਹੁਤ ਵੱਡਾ ਤਿਉਹਾਰ ਹੈ ਜੀ 크리스마ਸ ਦਾ ਜੋ ਤਿਉਹਾਰ ਇਹਨਾਂ ਦਾ ਬਹੁਤ ਵੱਡਾ ਉਹਨਾਂ ਨੂੰ ਹੋਰ ਕੋਈ ਨਹੀਂ ਮਿਲਿਆ ਆਪਣੇ ਨਾਲ ਮਨਾਉਣ ਦੇ ਲਈ ਤਾਂ ਫਿਰ ਉਹਨਾਂ ਨੇ ਕੀ ਕੀਤਾ ਆਲਸੋ ਵਾਲਿਆਂ ਨੂੰ ਕੀਤਾ ਫੋਨ ਅਤੇ ਕਿਹਾ ਕਿ ਮੈਂ ਘਰ ਕਰ ਲਈਆਂ ਤੇ ਮੈਂ ਨਤਾਲੀ ਮਨਾਉਣਾ ਚਾਹਦੀ ਆ ਤਾਂ ਫਿਰ 4 ਪੁਆਇੰਟਸ ਵਾਲੇ ਪਹੁੰਚੇ ਘਰ ਉਹਨਾਂ ਨੇ ਸੈਲਫੀਆਂ ਲਈਆਂ ਅਤੇ ਉਸ ਬੇਬੇ ਉਸ ਮਾਤਾ ਜੀ ਦਾ ਜਿਹੜਾ ਦਿਨ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਇਆ ਜੀ ਇੱਕ ਬਿਲਡਿੰਗ ਦੇ ਵਿੱਚ ਲੱਗੀ ਅੱਗ ਗੁਰਤੀਏ ਦੇ ਵਿੱਚ ਲੱਗੀ ਅੱਗ ਤੇ ਉਸ ਤੋਂ ਬਾਅਦ ਅ ਗਰਬਾ ਤੇ ਲੱ ਦੱਸਿਆ ਜਾ ਰਿਹਾ ਜੀ ਜਿੱਥੇ ਅੱਗ ਲੱਗੀ ਆ 8 ਬੰਦੇ ਦਾ ਹਿੱਸਾ ਬਣੇ ਸਨ 8 ਬੰਦੇ ਅੱਗ ਦੀ ਲਪੇਟਾਂ ਦੇ ਵਿੱਚ ਚਪੇਟਾਂ ਦੇ ਵਿੱਚ ਆ ਗਏ ਨੇ ਤੇ ਹੁਣ ਉਹਨਾਂ ਨੂੰ ਹਸਪੀਟਲ ਵਿੱਚ ਪਹੁੰਚਾ ਦਿੱਤਾ ਗਿਆ ਪਹੁੰਚਾ ਦਿੱਤਾ ਗਿਆ ਜੀ ਅਪਡੇਟ ਸਕੂਲ ਵਾਲੋਂ ਜੀ ਆਪਣੀ ਲੋਚੀਆਂ ਅਤਸੋਲੀ ਨਾ ਜੀ ਜੋ ਕਿ ਆਪਣੇ ਸਿੱਖਿਆ ਮੰਤਰੀ ਨੇ ਉਹਨਾਂ ਦਾ ਬਿਆਨ ਆ ਜੀ ਇਟਲੀ ਦੇ ਵਿੱਚ ਹੁਣ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਜਵਾਕ ਕੋ ਤਿਆਰ ਹੋ ਜੋ ਤੁਹਾਨੂੰ ਵੀ ਸਕੂਲਾਂ ਦੇ ਵਿੱਚ ਆਣਾ ਪੈਣਾ ਇਸ ਟਾਈਮ ਸਰਕਾਰ ਕਹਿੰਦੇ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਆਣਾ 7 ਤਰੀਕ 7 ਜਨਵਰੀ ਤੋਂ ਬੱਚੇ ਸਕੂਲਾਂ ਦੇ ਵਿੱਚ ਜਾਣਗੇ ਪੂਰੀ ਇਟਲੀ ਦੇ ਵਿੱਚ ਹੋ ਸਕਦਾ ਹੈ ਕਿ ਜਿਹੜਾ ਨਵਾਂ ਵਾਇਰਸ ਆ ਇਸ ਕਾਰਨ ਛੁੱਟੀਆਂ ਵੱਧ ਜਾਣ ਪਰ ਫਿਲਹਾਲ ਇਸ ਟਾਈਮ ਸਰਕਾਰ ਕੋਲ ਕੋਈ ਵੀ ਨਵਾਂ ਅਪਡੇਟ ਨਹੀਂ ਆ ਰਿਹਾ ਇਸ ਕਰਕੇ 7 ਤਰੀਕ ਨੂੰ ਤਕਰੀਬਨ ਤਕਰੀਬਨ ਸਾਰੇ ਬੱਚਿਆਂ ਨੇ ਸਕੂਲਾਂ ਦੇ ਵਿੱਚ ਪਹੁੰਚ ਜਾਣਾ ਇਟਲੀ ਦੇ ਵਿੱਚ ਕੱਲ ਹੀ ਪਹੁੰਚ ਗਈ ਸੀ ਵੈਕਸੀਨ ਅਤੇ ਅੱਜ ਰੋਮਾਂ ਦੇ ਵਿੱਚ ਲੱਗਣ ਵੀ ਲੱਗ ਗਈ ਜੀ ਪਹਿਲੇ ਪਹਿਲੀ ਇੱਕ ਨਰਸ ਨੂੰ ਲੱਗਿਆ ਜਿਸ ਨਰਸ ਨੂੰ ਪਹਿਲੀ ਨੂੰ ਲੱਗਾ ਇਹ ਟੀਕਾ ਵੈਕਸੀਨ ਦਾ ਉਹਨੇ ਕਿਹਾ ਜੀ ਮੈਂ ਬਹੁਤ ਖੁਸ਼ ਹਾਂ ਅੱਜ ਹਿਸਟਰੀ ਲਿਖੀ ਗਈ ਹੈ ਕਿਉਂਕਿ ਇਹ ਹਮੇਸ਼ਾ ਹੀ ਇਤਿਹਾਸ ਨੂੰ ਯਾਦ ਕਰਦਾ ਜਿਹੜਾ ਜਿਹੜਾ ਪਹਿਲੇ ਨੰਬਰ ਤੇ ਜਾਂਦਾ ਫਿਰ ਚਾਹੇ ਚੰਦ ਤੇ ਪਹਿਲਾ ਕਦਮ ਰੱਖਣ ਵਾਲਾ ਹੋਵੇ ਚਾਹੇ ਟੀਕਾ ਲਵਾਉਣ ਵਾਲਾ ਕਿਉਂ ਨਾ ਬੰਦਾ ਹੋਵੇ ਕੋਨਤੇ ਜੀ ਦਾ ਆ ਬਿਆਨ ਕੇ ਅੱਜ ਅਸੀਂ ਇਤਿਹਾਸ ਲਿਖਿਆ ਅੱਜ ਇਸ ਇਸ ਮਹਾਮਾਰੀ ਦਾ ਜਿਹੜਾ ਅੰਤ ਦੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਅੱਜ ਵੈਕਸੀਨ ਲਗਣੀਆਂ ਸ਼ੁਰੂ ਹੋ ਗਈਆਂ ਨੇ ਉੱਧਰ ਹੀ ਯੂਰਪ ਯੂਰਪ ਕਮਿਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਜਿਨ੍ਹਾਂ ਦਾ ਨਾਮ ਬੋਣ ਦੇ ਮਾਰ ਉਹਨਾਂ ਨੇ ਕਿਹਾ ਜੀ ਕਿ ਪੂਰੇ ਯੂਰਪ ਦੇ ਵਿੱਚ ਪਹੁੰਚ ਗਈ ਹੈ ਵੈਕਸੀਨ ਤੇ ਹੁਣ ਵੈਕਸੀਨ ਜਿਹੜੀ ਹੈ ਇੱਥੇ ਵੀ ਲਗਣੀ ਸਟਾਰਟ ਹੋਣ ਸਾਰੇ ਯੂਰਪ ਦੇ ਵਿੱਚ ਵੈਕਸੀਨ ਲਗਣੀ ਸਟਾਰਟ ਹੋ ਗਈ ਹੈ ਤੇ ਇੱਕ ਕਿਸਮ ਨਾਲ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਆਪਣੇ ਰੋਬਰਟੋ ਸਪੇਰਾਂਸਾ ਜੀ ਨੇ ਵੀ ਕਿਹਾ ਕਹਿ ਰਹੇ ਨੇ ਜੀ ਰੋਬਰਟੋ ਸਪੇਰਾਂਸਾ ਜੀ ਕੌਣ ਨੇ ਆਪਣੇ ਸਿਹਤ ਮੰਤਰੀ ਉਹਨਾਂ ਦਾ ਬਿਆਨ ਆਇਆ ਜੀ ਕਿ ਇਟਲੀ ਦੇ ਵਿੱਚ ਬਹੁਤ ਜਲਦ ਅਸੀਂ ਹੋਰ ਵੈਕਸਿਨਾਂ ਲੈ ਕੇ ਆ ਰਹੇ ਹਾਂ ਕਿਸ ਹਿਸਾਬ ਦੇ ਨਾਲ ਆ ਰਹੀਆਂ ਵੈਕਸਿਨਾਂ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਦਸੰਬਰ ਦੇ ਵਿੱਚ ਇਹ ਸ਼ੁਰੂ ਹੋ ਗਿਆ ਜੀ ਦਸੰਬਰ ਜਨਵਰੀ ਤੇ ਫਰਵਰੀ ਦੇ ਵਿੱਚ ਜਿਹੜੀਆਂ ਲੱਗਣੀਆਂ ਨੇ ਕੈਟੇਗਰੀ ਕੈਟੇਗਰੀ ਹੈ ਪ੍ਰਿਓਰਟਾਰੀਏ ਨੂੰ ਲੱਗਣੀਆਂ ਨੇ ਪ੍ਰਿਓਰਟਾਰੀਏ ਪ੍ਰਿਓ ਪ੍ਰਿਓ ਪ੍ਰਿਓਰਟਾਰੀਏ ਨੂੰ ਲੱਗਣੀਆਂ ਜੀ ਬੈਲੀਅ ਵੈਕਸੀਨ ਇੱਕ ਕੌਣ ਨੇ ਜੀ ਉਹ ਪੇਰਾਥੋੜੀ ਸਨਿਤਾਰੀ ਜਿਹੜੇ ਅ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਆ ਅੰਸੀਆਨੀ ਨਾ ਲੈ ਆਰਐਐਸ ਜਿਹੜੇ ਬ੍ਰਿਧ ਆਸ਼ਰਮਾਂ ਦੇ ਵਿੱਚ ਕੰਮ ਕਰਦੇ ਆ ਪਰਸੋ ਨਾਲ ਯਾਰ ਐਰਐਐਸ ਅੰਸੀਆਨੀ ਜਿਹੜੇ ਬੰਦੇ ਅ ਆਸ਼ਰਮ ਦੇ ਵਿੱਚ ਰਿਹਾ ਬ੍ਰਿਧ ਆਸ਼ਰਮ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਨਾਲ ਕੰਮ ਕਰਦੇ ਆ ਊਲਤਰਾ ਉਤੰਤਨੀ ਤੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਤੇ ਆ ਉਹਨਾਂ ਦੇ ਲੱਗਣੀਆਂ ਜੀ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਵੈਕਸੀਨਾਂ ਮਾਰਚ ਅਪ੍ਰੈਲ ਮਈ ਪ੍ਰੀਨਾ ਮੇਰਾ ਦੇ ਵਿੱਚ ਬਸੰਤ ਰੋਧ ਦੇ ਵਿੱਚ ਲੱਗਣ ਗਿਆ ਜੀ ਸਕੂਲਾਂ ਵਾਲੇ ਬੱਚਿਆਂ ਦੇ 4th ਦੇ ਲੋਰ ਦਿਨ ਜਿਹੜੇ ਪੁਲਸ ਵਾਲੇ ਹੋਗਾ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 60 ਤੋਂ ਲੈ ਕੇ 80 ਸਾਲ ਉਹਨਾਂ ਦੇ ਉਸ ਤੋਂ ਬਾਅਦ ਇਵਨਤ ਵਾਲੇ ਆ ਰਹੇ ਫੋਕੋ ਲਾਏ ਜਿੱਥੇ ਲੱਗਾ ਮਾਰਚ ਅਪ੍ਰੈਲ ਮਈ ਦੇ ਵਿੱਚ ਲਗਣੀਆਂ ਵੈਕਸੀਨ ਉੱਥੇ ਲੱਗਿਆ ਕਰੂਗੀ ਜਿੱਥੇ ਉਹਨਾਂ ਨੂੰ ਲੱਗਾ ਕਿ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਬੰਦੇ ਜ਼ਿਆਦਾ ਪੋਜ਼ੀਟਿਵ ਨੇ ਉਸ ਜਗ੍ਹਾ ਤੇ ਜਾ ਕੇ ਟੀਕੇ ਲਾਏ ਜਾਣਗੇ ਤੇ ਉਸ ਤੋਂ ਬਾਅਦ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਸਾਰਿਆਂ ਦੇ ਟੀਕੇ ਲੱਗ ਜਾਣੇ ਆ ਕਹਿਣ ਦਾ ਮਤਲਬ ਜੀ ਇਹ ਕਹਿੰਦੇ ਆ ਕਿ ਇਮਿਊਨਿਟੀ ਆ ਦੀ ਗਰੇਜੇ ਚ ਬਣਾਉਣਾ ਚਾਹੁੰਦੇ ਆ ਐਦਾਂ ਦਾ ਇਨਸਾਨ ਬਣਾਉਣਾ ਜੇ ਨੂੰ ਇਸ ਵਾਰਸ ਦਾ ਕੋਈ ਵੀ ਨੁਕਸਾਨ ਨਾ ਹੋਵੇ ਦੇ ਲਈ 40 ਮਿਲੀਅਨ ਡੋਜ਼ ਆਣਗੇ ਮਾਰਚ ਤੋਂ ਲੈ ਕੇ ਅਗਸਤ ਤੱਕ ਹੁਣ ਦੇਖਦੇ ਆ ਜੀ ਇਹ ਟੀਕੇ ਕਿੱਥੇ ਲੱਗਣੇ ਨੇ ਵੈਕਸੀਨਾਂ ਲੱਗਣੀਆਂ ਨੇ ਤਕਰੀਬਨ 300 ਹਸਪੀਟਲਾਂ ਦੇ ਵਿੱਚ ਵੈਕਸੀਨਾਂ ਲੱਗਣੀਆਂ ਨੇ ਦਸੰਬਰ ਜਨਵਰੀ ਤੇ ਫਰਵਰੀ ਦੇ ਵਿੱਚ ਕਹਿਣ ਦਾ ਮਤਲਬ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਤੇ ਮਾਰਚ ਅਪ੍ਰੈਲ ਮਈ ਦੇ ਵਿੱਚ ਲਗਣੀਆਂ ਨੇ ਜੀ ਅੰਬੂਲਾਟੋਰੀ ਜਿਹੜੇ ਹੁੰਦੇ ਆ ਆਪਣੇ ਸਰਕਾਰੀ ਡਾਕਟਰ ਫੈਮਿਲੀ ਡਾਕਟਰ 1500 ਤੇ ਉਸ ਤੋਂ ਬਾਅਦ ਜਿਹੜੇ ਜੂਨ ਜੁਲਾਈ ਗਾਸਤ ਦੇ ਵਿੱਚ ਟੀਕੇ ਲੱਗਣੇ ਆ ਉਹ ਲੱਗਣੇ ਆ ਜੀ ਪਲੇਸਟਰੇ ਹੋ ਗਏ ਫਿਰ ਇਹ ਹੋ ਗਏ ਕੋਈ ਵੀ ਏਦਾਂ ਦੀ ਜਗਾ ਜਿਸ ਜਗਾ ਤੇ ਜਿਆਦਾ ਸਪੇਸ ਹੋਵੇ ਟੀਕੇ ਲਾਣ ਦੇ ਲਈ ਉਸ ਤੋਂ ਬਾਅਦ ਇਹਨਾਂ ਨੂੰ ਟੀਕੇ ਨੂੰ ਬਹੁਤ ਹੀ ਸੇਫ ਜਗਾ ਤੇ ਰੱਖਿਆ ਗਿਆ ਤੇ ਇਹ ਜੋ ਵੈਕਸੀਨਾਂ ਆਣੀਆਂ ਨੇ ਵੈਕਸੀਨਾਂ ਦੇ ਬਾਰੇ ਵੀ ਗੱਲ ਕਰਦੇ ਫਾਈਜ਼ਰ ਵੈਕਸੀਨ ਹੈ ਜਿਹੜੀ ਫਾਈਜ਼ਨ ਬਿਓਂਡ ਟੈਕ ਵਾਲਿਆਂ ਦੀ ਇਹਨਾਂ ਦੀਆਂ 8 ਮਿਲੀਅਨ ਡੋਸ ਆਣੀਆਂ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਮੋਡਰਨਾ ਦੀਆਂ ਆਣੀਆਂ 1.3 ਮਿਲੀਅਨ ਜੇ ਅਸੀਂ ਐਗਜ਼ੈਕਟ ਗਿਣਤੀ ਕਰੀਏ ਤਾਂ 13 ਲੱਖ 13 ਲੱਖ 46000 ਵੈਕਸੀਨੇਟਲੀ ਦੇ ਵਿੱਚ ਪਹੁੰਚਣੀ ਹੈ ਜਨਵਰੀ ਫਰਵਰੀ ਦੇ ਵਿੱਚ ਟੋਟਲ ਅਤੇ ਮਾਰਚ ਅਪ੍ਰੈਲ ਮਈ ਤੋਂ ਲੈ ਕੇ ਜੂਨ ਜੁਲਾਈ ਅਗਸਤ ਤੱਕ ਤਕਰੀਬਨ 193 ਮਿਲੀਅਨ 193.2 ਮਿਲੀਅਨ ਟੋਟਲ ਇੱਥੇ ਆਣੀ ਹੈ ਕਹਿਣ ਦਾ ਭਾਵ 19 ਕਰੋੜ 32 ਲੱਖ ਵੈਕਸੀਨ ਦਾ ਇਹਨਾਂ ਨੇ ਟੀਚਾ ਬੰਨਿਆ ਕਿ ਇੰਨੀਆਂ ਇਟਲੀ ਦੇ ਵਿੱਚ ਪਹੁੰਚਣਗੀਆਂ ਜਨਵਰੀ ਤੋਂ ਕਹਿ ਰਹੇ ਨੇ ਕਿ ਹਰ ਹਫਤੇ ਵੈਕਸੀਨ ਇਟਲੀ ਦੇ ਵਿੱਚ ਪਹੁੰਚੂਗੀ ਇਹਨਾਂ ਦੀ ਜਿਹੜੀ ਸੋਚ ਹੈ ਕਿ ਅਸੀਂ ਹਰ ਰੋਜ਼ 140000 ਵੈਕਸੀਨ ਇਟਲੀ ਦੇ ਵਿੱਚ ਮੰਗਵਾਣੀ ਹੈ ਜੀ ਬਾਕੀ ਦੇਖਦੇ ਹਾਂ ਜੀ ਕਿੰਨੇ ਪਹੁੰਚਦੇ ਆ ਤੇ ਕਿੰਨੇ ਨਹੀਂ ਅੱਜ ਰੋਮਾ ਦੇ ਵਿੱਚ ਸਪਲੰਸਾਨੀ ਜਿਹੜਾ ਹਸਪੀਟਲ ਉਹ ਚ 135 ਬੰਦਿਆਂ ਨੂੰ ਵੈਕਸੀਨ ਲੱਗਣੀ ਹੈ ਜੀ ਦੁਆਰੇ ਅਪਡੇਟ ਜੀ ਜਰਮਨ ਦੇ ਵਿੱਚ ਇੱਕ ਹਸਪੀਟਲ ਆ 700 ਨੂੰ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਹੀ ਜ਼ਿਆਦਾ ਪ੍ਰੋਬਲਮ ਵਾਲੀ ਗੱਲਬਾਤ ਹੋ ਰਹੀ ਹੈ ਬੰਦੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੋ ਰਹੇ ਨੇ ਅੱਜ ਵੀਨੀਤੋ ਦੇ ਵਿੱਚ 3337 ਨਵੇਂ ਕੇਸ ਆ ਚੁੱਕਾ ਤੇ 52 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜੀ ਅਤੇ ਇੱਕ ਹੋਰ ਗੱਲ ਜੀ ਕੱਲ ਤੋਂ ਵੱਡ ਜਾਣਾ ਇਟਲੀ ਸੰਤਰੀ ਜ਼ੋਨ ਸੰਤਰੀ ਜ਼ੋਨ ਕਿੰਨੇ ਟਾਈਮ ਦੇ ਲਈ ਵੱਡਣਾ ਸੰਤਰੀ ਜ਼ੋਨ ਵੱਡਣਾ ਇਟਲੀ ਨੇ 3 ਦਿਨਾਂ ਲਈ ਉਹ ਕਿਹੜੇ ਦਿਨ ਨੇ ਜੀ ਉਹ ਦਿਨ ਨੇ 27 28 ਹਾਂਜੀ 27 28 29 ਤਿੰਨ ਦਿਨ ਨੇ ਜਿਨ੍ਹਾਂ ਦੇ ਵਿੱਚ ਸੰਗਤਰੀ ਜ਼ੋਨ ਦੇ ਵਿੱਚ ਰਹਾਂਗੇ ਸੌਰੀ ਸਤਾਈਆ ਇਸ ਤਰੀਕਾ ਜੀ 28 29 ਅਤੇ 30 ਦਸੰਬਰ ਨੂੰ ਉਸ ਤੋਂ ਬਾਅਦ 4 ਜਨਵਰੀ ਅਸੀਂ ਸੰਗਤਰੀ ਜ਼ੋਨ ਆ ਸੰਗਤਰੀ ਜ਼ੋਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਸੰਗਤਰੀ ਜ਼ੋਨ ਦੇ ਵਿੱਚ ਅਸੀਂ ਉਹੀ ਗੱਲਾਂ ਕਰ ਸਕਦੇ ਹਾਂ ਜੀ ਕਹਿਣ ਦਾ ਮਤਲਬ ਆਪਣੇ ਪਿੰਡ ਵਿੱਚ ਘੁੰਮਣ ਦੇ ਲਈ ਸਾਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਪਿੰਡ ਵਿੱਚ ਅਸੀਂ ਬੇਚਿੱਜ ਹੋਗੇ ਘੁੰਮ ਫਿਰ ਸਕਦੇ ਹਾਂ ਜੀ ਆਪਣੇ ਪਿੰਡ 'ਚ ਘੁੰਮਣ ਲਈ ਕੋਈ ਪਾਬੰਦੀ ਨਹੀਂ ਦੁਕਾਨਾਂ ਜਿਹੜੀਆਂ ਆ ਬਾਹਰ ਹੋ ਗਏ ਰੈਸਟੋਰੈਂਟ ਹੋ ਗਏ ਇਹਨਾਂ ਦੇ ਵਿੱਚ ਰਾਤ ਦੇ 10 ਵਜੇ ਤੱਕ ਭੋਜਨ ਆ ਖਾਣ ਪੀਣ ਦਾ ਸਾਮਾਨ ਅਸੀਂ ਆਰਡਰ ਕਰ ਸਕਦੇ ਹਾਂ ਘਰਾਂ ਦੇ ਵਿੱਚ ਹੋਮ ਡਿਲੀਵਰੀ ਆ ਜਿਹੜੀ ਕਰਨ ਦੇ ਲਈ ਕੋਈ ਪਾਬੰਦੀ ਨਹੀਂ ਰਹਿਣਗੀ 12 ਵਜੇ ਤੱਕ ਅਸੀਂ ਤੁਹਾਨੂੰ ਦੱਸਤਾ ਕਿ ਆਰਡਰ ਅਸੀਂ ਕੀਤਾ ਕਰ ਸਕਦੇ ਹਾਂ ਉਸ ਤੋਂ ਬਾਅਦ ਜਿਹੜੀਆਂ ਦੁਕਾਨਾਂ ਦੂਸਰੀਆਂ ਦੁਕਾਨਾਂ ਨੇ ਉਹ 9 ਵਜੇ ਤੱਕ ਖੁੱਲੀਆਂ ਰਹਿਣਗੀਆਂ ਇਹ ਨਹੀਂ ਜਿਹੜੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਨੇ ਬਾਕੀ ਹੋਰ ਕੋਈ ਗੱਲ ਨਹੀਂ ਜੀ ਹੋਰ ਕਿਸੇ ਪਾਸੇ ਅਸੀਂ ਨਹੀਂ ਜਾ ਸਕਦੇ ਪਿੰਡ ਤੋਂ ਬਾਹਰ ਜਾਣ ਦੇ ਲਈ ਸਾਡੇ ਕੋਲ ਫਾਰਮ ਦੀ ਲੋੜ ਆ ਨਾਲ ਦੇ ਪਿੰਡ ਜਾਣ ਦੇ ਲਈ ਸਾਡੇ ਕੋਲ ਫਾਰਮ ਦੀ ਲੋੜ ਆ ਅਸੀਂ ਨਾਲ ਦੇ ਪ੍ਰੋਵਿੰਸ ਦੇ ਵਿੱਚ ਨਹੀਂ ਜਾ ਸਕਦੇ ਕੱਲ ਪਰਸੋਂ ਨੂੰ ਆਪਣੇ ਪਿੰਡ ਵਿੱਚ ਅੱਜ ਅਸੀਂ ਨਹੀਂ ਘੁੰਮ ਸਕਦੇ ਅੱਜ ਘੁੰਮਣ ਦੇ ਲਈ ਸਾਨੂੰ ਫਾਰਮ ਦੀ ਲੋੜ ਪਣੀ ਹੈ ਪੁਲਿਸ ਨੇ ਰੋਕ ਲਿਆ 400 ਰੁਪਏ ਜੁਰਮਾਨਾ ਕਰ ਸਕਦੇ ਆ ਅ 28 29 30 ਤਰੀਕ ਨੂੰ ਸਾਨੂੰ ਪਿੰਡ ਵਿੱਚ ਘੁੰਮਣ ਦੇ ਉੱਤੇ ਕੋਈ ਵੀ ਰੋਕ ਟੋਕ ਨਹੀਂ ਹੈ ਇਸ ਕਰਕੇ ਧਿਆਨ ਦੇ ਨਾਲ ਘੁੰਮਿਓ ਜੀ ਤੇ ਚਲੋ ਚੰਗਾ ਜੀ ਸਾਥੀ ਗੱਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਕੁਲਵੀਰ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਹੀ ਤਾਂ ਪੰਜਾਬੀ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਿਓ ਜਰੂਰ ਕਿਉਂਕਿ ਮਿਲਦੀਆਂ ਨੇ ਖਬਰਾਂ ਇੱਥੇ ਤੁਹਾਨੂੰ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਕਿੱਦਾਂ ਦਾ ਲੱਗਦਾ ਤੁਹਾਨੂੰ ਸਾਡਾ ਚੈਨਲ ਖਬਰਾਂ ਕਿੱਦਾਂ ਨਹੀਂ ਲੱਗਦੀਆਂ ਲਿਖ ਕੇ ਜਰੂਰ ਦੱਸਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ